ਆਹ ਕੰਨ ਤੇ ਇੰਨਾ ਵੱਡਾ ਕੜਾ ਸੀਗਾ ਜੀ, ਕੰਨ ਤੇ ਮਾਰਿਆ ਉਹਨਾਂ ਨੇ, ਇੱਥੇ ਕਮਰ ਤੇ ਮੇਰੇ ਲੱਤਾਂ ਤੇ ਉਹ ਮਾਰੀ ਉਹਨਾਂ ਨੇ ਵੱਡੀਆਂ ਲੋਹੇ ਦੀਆਂ ਰਾੜਾਂ ਹੁੰਦੀਆਂ ਜਿਹੜੀਆਂ, ਕੋਈ ਲੜਕੀ ਲੜਕੀ ਦਾ ਕੋਈ ਚੱਕਰ ਸੀਗਾ। ਤੇ ਉਹਨਾਂ ਨੇ ਆ ਕੇ ਨਾ ਸਾਡੇ ਦੁਕਾਨ ਦੇ ਵੱਲ ਲੜਨ ਲੱਗੇ। ਮੈਂ ਉਹਨਾਂ ਨੂੰ ਸਿਰਫ ਇੰਨਾ ਕਿਹਾ ਕਿ ਭਾਜੀ ਮੇਰੇ ਅੱਗੇ ਨਾ ਲੜੋ, ਥੋੜਾ ਅੱਗੇ ਪਿੱਛੇ ਹੋ ਜਾਓ। ਤੇ ਹੁਣ ਇੰਨੇ 'ਚ ਉਹਨਾਂ ਨੇ ਨਾ ਮੇਰਾ ਕੋਲਰ ਫੜਿਆ ਤੇ ਹੱਥੋਂ ਪਾਈ ਕਰਨ ਲੱਗ ਗਏ। 18-20 ਜਣਿਆਂ ਨੇ ਆ ਕੇ ਕੜੇ ਪਾਏ ਹੋਏ ਸੀ, ਡਾਂਗਾ ਸੀ, ਲੋਹੇ ਦੀ ਰਾੜ, ਉਹ ਨਲਕੇ ਵਾਲੀ ਹੱਥੀ ਵੀ ਹਜੇ ਵੀ ਮੇਰੀ ਦੁਕਾਨ 'ਤੇ ਪਈ ਹੋਈ ਹੈ, ਜਿਹਨਾਂ ਨਾਲ ਉਹਨਾਂ ਨੇ ਮੈਨੂੰ ਮਾਰਿਆ। ਅਤੇ ਉਦੋਂ ਤਾਂ ਇੱਕ ਵਾਰੀ ਬਾਜ਼ਾਰ ਵਾਲਿਆਂ ਨੇ ਛੁਡਾ ਕੇ ਉਹਨਾਂ ਨੂੰ ਭੇਜ ਦਿੱਤਾ ਵਾਪਸ, ਅਤੇ ਉਹ ਫਿਰ 12-15 ਜਣੇ ਆ ਗਏ। ਅੱਜ ਸਵੇਰੇ ਜਦੋਂ ਮੈਂ ਕੰਮ ਕਰ ਰਿਹਾ ਸੀ, ਘੰਟੇ ਪਹਿਲਾਂ ਨਹੀਂ ਗੱਲ ਹੋਣੀ ਆ, 18-20 ਜਣੇ ਆਏ, ਮੈਨੂੰ ਬਾਂਹ ਤੋਂ ਫੜ ਕੇ ਮੇਰੀ ਦੁਕਾਨ ਤੋਂ ਬਾਹਰ ਕੱਢਿਆ ਅਤੇ ਮੇਰੇ 'ਤੇ ਅਟੈਕ ਕਰਤਾ। ਹੁਣ ਮੈਨੂੰ ਵੀ ਮਾਰ ਕੇ ਗਏ, ਮੇਰੇ ਉੱਪਰੋਂ ਟੱਪ ਕੇ ਮੇਰੇ ਮੁੰਡੇ ਨੂੰ ਮਾਰ ਕੇ ਗਏ, ਮੈਂ ਹੱਥ ਜੋੜਦੀ ਰਹਿ ਗਈ ਉਹਨਾਂ ਨੂੰ ਵੀ ਮੇਰੇ ਮੁੰਡੇ ਨੂੰ ਨਾ ਮਾਰੋ, ਮੈਨੂੰ ਜ਼ਮੀਨ ਤੇ ਧੱਕਾ ਦੇ ਕੇ ਮੈਨੂੰ ਸੁੱਟ ਕੇ ਮੇਰੇ ਉੱਪਰੋਂ ਟੋਕੇ ਸਾਰੇ ਗਵਾਹ ਨੇ, ਜਿਹੜਾ ਉਹਨਾਂ ਦਾ ਪ੍ਰਧਾਨ ਸੀ ਉਹਨੇ ਮਰਵਾਇਆ ਮੁੰਡਾ। ਪਤਾ ਜੀ ਜਿੰਨੇ ਨੂੰ ਹੁਣ ਉਹ ਆਉਂਦੇ ਉਹਨਾਂ ਨੇ ਮਾਰਨਾ ਸ਼ੁਰੂ ਕਰ ਚੁੱਕੇ, ਸਾਰੇ ਦੇ ਹਥਿਆਰ ਸੀਗੇ ਜੀ, ਹਥਿਆਰ ਸੀ, ਸਭ ਡਰ ਗਏ ਜੀ ਕੋਈ ਹੱਥ ਹੀ ਨਾ ਪਾਵੇ ਕੋਈ। ਉਹਨਾਂ ਕੋਲ ਭਾਈ ਦਾਤ ਸੀਗੇ, ਤਲਵਾਰਾਂ ਸੀਗੀਆਂ, ਤਲਵਾਰਾਂ ਮਾਰੀਆਂ ਉਹਨਾਂ ਦੇ ਭਾਈ ਆਉਂਦੇ ਹੀ ਉਹਨਾਂ ਨੇ ਅਟੈਕ ਕਰਤਾ ਭਾਈ, ਸਾਨੂੰ ਵੀ ਮਾਰਨ ਲੱਗੇ ਸੀਗੇ ਭਾਈ। ਮੇਰੀ ਜੇਬ ਦੇ ਵਿੱਚ ਮੇਰੀ ਦੁਕਾਨ ਦੀ ਸੇਲ ਸੀਗੀ ਮੇਰੀ, ਉਹ ਵੀ ਕੱਢ ਕੇ ਲੈ ਗਏ ਜੀ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਲੁਧਿਆਣਾ ਦੀ ਗੱਲ ਕੀਤੀ ਹੈ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਦਹਿਸ਼ਤਗਰਦਾਂ ਦੀ ਦਹਿਸ਼ਤਗਰਦੀ ਖਤਮ ਨਹੀਂ ਹੋ ਰਹੀ ਹੈ, ਲੇਕਿਨ ਪੁਲਿਸ ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਵੀ ਕਰ ਰਹੀ ਹੈ ਅਤੇ ਮੁਕੱਦਮੇ ਦਰਜ ਕਰ ਰਹੀ ਹੈ, ਲੇਕਿਨ ਪੁਲਿਸ ਦਾ ਖੋਫ ਜਿਹੜਾ ਚੰਦ ਕਦਮੇ ਦੂਰੀ ਕੋਤਵਾਲੀ ਤੋਂ ਚੰਦ ਕਦਮੇ ਦੂਰੀ ਉੱਤੇ ਇੱਕ ਹਮਲਾ ਕੀਤਾ ਜਾਂਦਾ, ਕੱਪੜੇ ਦਾ ਦੁਕਾਨ ਦਾ ਕੰਮ ਕਰਦਾ ਸ਼ਖਸ, ਉਹ ਇੱਥੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ। ਸਿਵਲ ਹਸਪਤਾਲ ਦੇ ਵਿੱਚ ਉਪਚਾਰ ਲਈ ਆਇਆ, ਗੱਲਬਾਤ ਵੀ ਕਰਦੇ ਹਾਂ। ਕੀ ਨਾਮ ਹੈ ਬਾਈ ਜੀ ਆਪਣਾ? ਮੇਰਾ ਨਾਮ ਨਿਤਿਨ ਮਰਵਾਹਾ ਹੈ ਜੀ। ਨਿਤਿਨ ਜੀ, ਕਿੰਨੇ ਵਜੇ ਹੋਇਆ ਇੰਸੀਡੈਂਟ, ਕੀ ਵਜ੍ਹਾ ਕੀ ਸੀਗੀ? ਕੋਈ ਘੰਟੇ ਡੇਢ ਘੰਟੇ ਪਹਿਲਾਂ ਦੀ ਗੱਲ ਹੋ ਗਈ ਜੀ, ਮੈਂ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਰਿਹਾ ਸੀਗਾ ਜੀ, ਅਤੇ ਉਹਨਾਂ ਦੀ ਨਾ ਕੱਲ੍ਹ ਕਿਸੇ ਸਾਡੇ ਨਾਲ ਦਿਆਂ ਨਾਲ ਕੋਈ ਲੜਕੀ ਲੜਕੀ ਦਾ ਕੋਈ ਚੱਕਰ ਸੀਗਾ, ਅਤੇ ਉਹਨਾਂ ਨੇ ਆ ਕੇ ਨਾ ਸਾਡੇ ਦੁਕਾਨ ਦੇ ਵੱਲ ਲੜਨ ਲੱਗੇ। ਮੈਂ ਉਹਨਾਂ ਨੂੰ ਸਿਰਫ ਇੰਨਾ ਕਿਹਾ ਕਿ ਭਾਜੀ ਮੇਰੇ ਅੱਗੇ ਨਾ ਲੜੋ, ਥੋੜ੍ਹਾ ਅੱਗੇ ਪਿੱਛੇ ਹੋ ਜਾਓ, ਅਤੇ ਹੁਣ ਇੰਨੇ 'ਚ ਉਹਨਾਂ ਨੇ ਨਾ ਮੇਰਾ ਕੋਲਰ ਫੜ ਲਿਆ ਅਤੇ ਹੱਥੋਂ ਪਾਈ ਕਰਨ ਲੱਗੇ, ਅਤੇ ਉਦੋਂ ਤਾਂ ਇੱਕ ਵਾਰੀ ਬਾਜ਼ਾਰ ਵਾਲਿਆਂ ਨੇ ਛੁਡਾ ਕੇ ਉਹਨਾਂ ਨੂੰ ਭੇਜ ਦਿੱਤਾ ਵਾਪਸ, ਅਤੇ ਉਹ ਫਿਰ 12-15 ਜਣੇ ਆ ਗਏ, ਫਿਰ ਸਾਰੇ ਬਾਜ਼ਾਰ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਅੱਜ ਸਵੇਰੇ ਜਦੋਂ ਮੈਂ ਕੰਮ ਕਰ ਰਿਹਾ ਸੀ, ਘੰਟੇ ਪਹਿਲਾਂ ਨਹੀਂ ਗੱਲ ਹੋਣੀ ਆ, 18-20 ਜਣੇ ਆਏ, ਮੈਨੂੰ ਬਾਂਹ ਤੋਂ ਫੜ ਕੇ ਮੇਰੀ ਦੁਕਾਨ ਤੋਂ ਬਾਹਰ ਕੱਢਿਆ ਅਤੇ ਮੇਰੇ 'ਤੇ ਅਟੈਕ ਕਰਤਾ। ਕੋਤਵਾਲੀ ਕਿੰਨੀ ਦੂਰ ਹੈ? ਕੋਤਵਾਲੀ ਹਾਂਜੀ ਹਾਂਜੀ ਬਿਲਕੁਲ ਨਾਲ ਹੀ ਹੈ ਜੀ, ਸਿਰਫ ਇੱਕ ਗਲੀ ਦਾ ਫਰਕ ਹੈ ਜੀ। ਅਤੇ ਉਹਨਾਂ ਨੂੰ ਪੁਲਿਸ ਦਾ ਖੌਫ ਵੀ ਨਹੀਂ ਰਿਹਾ? ਬਿਲਕੁਲ ਨਹੀਂ ਜੀ, ਉਹ ਚੋੜੇ ਪਿਆ ਰੇੜੀਆਂ ਰੂੜੀਆਂ ਲਗਾਉਂਦੇ ਹੈਗੇ ਮੁੰਡੇ, 18-20 ਜਣਿਆਂ ਨੇ ਆ ਕੇ ਕੜੇ ਪਾਏ ਹੋਏ ਸੀ, ਡਾਂਗਾ ਸੀ, ਲੋਹੇ ਦੀ ਰਾੜ, ਉਹ ਨਲਕੇ ਵਾਲੀ ਹੱਥੀ ਵੀ ਹਜੇ ਵੀ ਮੇਰੀ ਦੁਕਾਨ 'ਤੇ ਪਈ ਹੋਈ ਹੈ, ਜਿਹਨਾਂ ਨਾਲ ਉਹਨੇ ਮੈਨੂੰ ਮਾਰਿਆ। ਤੁਸੀਂ ਪੁਲਿਸ ਨੂੰ ਇਤਲਾਹ ਨਹੀਂ ਕੀਤੀ? ਮੈਂ ਹੁਣ ਇੱਥੇ ਆ ਕੇ ਫੋਨ ਕੀਤਾ ਜੀ, ਉਹ ਕਹਿੰਦੇ ਕਿ ਪਹਿਲਾਂ ਸਿਵਲ ਜਾ ਕੇ ਪਰਚਾ ਕਟਾ ਕੇ ਆਓ। ਕੋਈ ਵੀਡੀਓ ਹੈਗੀ ਜੀ? ਹਾਂਜੀ ਹਾਂਜੀ, ਮੇਰੇ ਕੈਮਰੇ ਦੁਕਾਨ ਦੇ ਕੈਮਰੇ ਹੈਗੇ ਜੀ, ਉਹਨਾਂ ਦੇ ਵਿੱਚ ਉਹਨਾਂ ਦੀ ਵੀਡੀਓ ਹੈਗੀ, ਹੁਣ ਮੈਂ ਜਾ ਕੇ ਕੱਢ ਕੇ ਮੈਂ ਤੁਹਾਨੂੰ ਦੇ ਦੂੰਗਾ ਜੀ। ਜਿਹੜਾ ਉਹਨਾਂ ਦਾ ਪ੍ਰਧਾਨ ਸੀ ਨਾ, ਅਸੀਂ ਉਹਨਾਂ ਨੂੰ ਕਿਹਾ ਸੀ ਰਾਤੀ ਸੌਰੀ ਕਰਕੇ ਆਏ ਨੇ ਬੱਚੇ, ਕਹਿੰਦੇ ਜੀ ਕੋਈ ਗੱਲ ਨਹੀਂ, ਗੱਲ ਖਤਮ ਹੋ ਗਈ, ਤੁਸੀਂ ਨਿਤਿਨ ਜਾਓ ਆਪਣੇ, ਕੋਈ ਐਸੀ ਗੱਲ ਨਹੀਂ ਹੈਗੀ। ਇਹਨੇ ਕਿਹਾ ਚਲੋ ਕੋਈ ਗੱਲ ਨਹੀਂ, ਆਪਾਂ ਲੜਕੀ ਵਿੱਚ ਇਹਨਾਂ ਵੀ ਲੜਾਈ ਆਪਾਂ ਤੁਹਾਡੇ ਨਾਲ ਹੱਥ ਚੁੱਕਿਆ, ਉਸ ਹੱਥ ਦੇ ਪਿੱਛੇ ਮੈਂ ਤੁਹਾਨੂੰ ਕਹਿੰਦਾ ਕੁਛ ਗੱਲ ਨਹੀਂ, ਮੈਂ ਨਿਪਟਾ ਲਓ। ਤੇ ਕਹਿੰਦੇ ਨਹੀਂ ਜੀ ਸੌਰੀ, ਆਪਾਂ ਕਾਹਦੀ ਮੰਗਣੀ, ਆਪਾਂ ਕਿਹੜਾ ਗਲਤ ਹੈ, ਗਲਤ ਉਹ ਸੀ ਜਿਹਨੇ ਲੜਕੀ ਛੇੜਦੇ ਆ। ਹੁਣ ਮੈਨੂੰ ਵੀ ਮਾਰ ਕੇ ਗਏ, ਮੇਰੇ ਉੱਪਰੋਂ ਟੱਪ ਕੇ ਮੇਰੇ ਮੁੰਡੇ ਨੂੰ ਮਾਰ ਕੇ ਗਏ, ਮੈਂ ਹੱਥ ਜੋੜਦੀ ਰਹਿ ਗਈ ਉਹਨਾਂ ਨੂੰ ਵੀ ਮੇਰੇ ਮੁੰਡੇ ਨੂੰ ਨਾ ਮਾਰੋ, ਮੈਨੂੰ ਜ਼ਮੀਨ 'ਤੇ ਧੱਕਾ ਦੇ ਕੇ ਮੈਨੂੰ ਸੁੱਟ ਕੇ ਮੇਰੇ ਉੱਪਰੋਂ ਟੋਕੇ ਸਾਰੇ ਗਵਾਹ ਨੇ ਉੱਥੇ, ਜਿਹੜਾ ਉਹਨਾਂ ਦਾ ਪ੍ਰਧਾਨ ਸੀ ਉਹਨੇ ਹੀ ਮਰਵਾਇਆ ਮੁੰਡਾ, ਪਤਾ ਨਹੀਂ ਕੀ ਨੇ, ਮੈਨੂੰ ਤਾਂ ਆਪ ਨਹੀਂ ਪਤਾ, ਸਾਰੇ ਨਸ਼ੇੜੀ ਅਮਲੀ ਨੇ।
ਚੋੜੇ ਵਿਆਹ ਰੇੜੀਆਂ ਲਗਾਉਂਦੇ ਸਾਰੇ ਚੋੜੇ ਵਿਆਹ ਰੇੜੀਆਂ ਲਗਾਉਂਦੇ ਗਏ। ਮੈਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਆਪਾਂ ਬੈਠ ਕੇ ਆਪਾਂ ਗੱਲ ਕਰ ਲਾਂਗੇ। ਮੈਂ ਕਿਹਾ ਚਲੋ ਠੀਕ ਹੈ ਭਾਅ ਜੀ ਵੀ ਕੋਈ ਨਹੀਂ ਤੁਸੀਂ ਆ ਜਾਓ, ਮੈਂ ਦੁਕਾਨ 'ਤੇ ਹੁੰਦਾ ਵਾਂ। ਮੈਂ ਕਿਹਾ ਚਲੋ ਆਓ, ਨਾਲੇ ਚਾਹ ਪਾਣੀ ਪੀਣਾ ਮੇਰੀ ਜਿਹੜੀ ਅਤੇ ਤੁਹਾਨੂੰ ਲੱਗਦਾ ਕਿ ਮੇਰੀ ਗਲਤੀ ਹੈ, ਮੈਂ ਕਿਹਾ ਚਲੋ ਮੈਂ ਸੋਰੀ ਕਰ ਦੂੰ, ਕੁੜੀ ਤੁਸੀਂ ਛੇੜੀ ਹੈ ਸੋਰੀ ਮੈਂ ਕਹਿ ਦਿੰਦਾ ਜੀ ਚਲੋ, ਕਿਉਂਕਿ ਅਸੀਂ ਕੰਮ ਕਰਨ ਵਾਲੇ ਬੰਦੇ ਮੈਂ ਲੜ ਸਕਦਾ ਨਹੀਂ ਜੀ। ਆਹ ਕੰਨ 'ਤੇ ਇੰਨਾ ਵੱਡਾ ਕੜਾ ਸੀਗਾ ਜੀ, ਕੰਨ 'ਤੇ ਮਾਰਿਆ ਉਹਨਾਂ ਨੇ, ਇੱਕ ਸਿਰ 'ਤੇ ਮੇਰੇ ਇੱਥੇ ਕਮਰ 'ਤੇ ਮੇਰੇ ਲੱਤਾਂ 'ਤੇ ਉਹ ਮਾਰੀ ਉਹਨਾਂ ਨੇ ਵੱਡੀਆਂ ਲੋਹੇ ਦੀਆਂ ਰਾੜਾਂ ਹੁੰਦੀਆਂ ਜਿਹੜੀਆਂ, ਮੇਰੇ ਸਾਹ ਇੰਨੀਆਂ ਵੱਡੀਆਂ ਰੋੜਾਂ ਹੁੰਦੀਆਂ ਉਹਨਾਂ ਦੇ ਕੋਲ, ਇੱਕ ਨਲਕੇ ਦੀ ਹੱਥੀ ਹੈਂਡ ਪੰਪ ਦੀ ਹੱਥੀ ਜੀ, ਉਹ ਮੇਰੇ ਸਿਰ ਦੇ ਵਿੱਚ ਮਾਰੀ ਜੀ, ਇੱਥੋਂ ਸਾਰਾ ਫਟਿਆ ਹੋਇਆ ਜੀ। ਨਹੀਂ ਤੇ ਉੱਥੇ ਸਾਰਾ ਮੇਰਾ ਸੱਚ ਆਪਾਂ ਦਿਖਾ ਨਹੀਂ ਸਕਦੇ ਆਪਾਂ ਕਿਉਂ ਕਹੀਏ, ਲੇਕਿਨ ਇਹ ਜਦੋਂ ਉਹਨਾਂ ਨੇ ਮਾਰਿਆ ਮਾਰਕੀਟ ਵਾਲਾ ਛੁੜਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਪਤਾ ਕੀ ਜਿੰਨੇ ਨੂੰ ਹੁਣ ਉਹ ਆਉਂਦੇ ਉਹਨਾਂ ਨੇ ਮਾਰਨਾ ਸ਼ੁਰੂ ਕਰ ਚੁੱਕੇ, ਸਾਰਿਆਂ ਦੇ ਹੱਥ ਹਥਿਆਰ ਸੀਗੇ ਜੀ, ਹਥਿਆਰ ਸੀ, ਸਭ ਡਰ ਗਏ ਜੀ ਕੋਈ ਹੱਥ ਹੀ ਨਾ ਪਾਵੇ ਕੋਈ ਵੀ, ਉਹਨਾਂ ਦੇ ਹੱਥ ਕਿਰਪਾਨਾਂ ਤੱਕ ਸੀਗੀਆਂ ਜੀ ਮੇਰੇ ਮੁੰਡੇ ਨੂੰ ਮਾਰ ਕੇ ਗਏ ਨੇ। ਮੈਂ ਤਾਂ ਹੱਥ ਜੋੜਦੀ ਬੱਚੇ ਨਾ ਲੜਾਈ ਕਰੋ ਨਾ ਹੀ ਲੜਾਈ ਕਰੋ, ਕੋਈ ਗੱਲ ਨਹੀਂ, ਮੈਨੂੰ ਧੱਕਾ ਦੇ ਕੇ ਮੇਰੇ ਵਾਲ ਪੁੱਟ ਕੇ ਮੈਨੂੰ ਥੱਲੇ ਸੁੱਟ ਕੇ ਗਏ। ਮਤਲਬ ਤੁਹਾਡੀ ਪਰਵਾਹ ਵੀ ਨਹੀਂ ਕੀਤੀ ਉਹਨਾਂ ਨੇ? ਨਹੀਂ, ਉਹਨਾਂ ਨੇ ਮੇਰੀ ਪਰਵਾਹ ਵੀ ਨਹੀਂ ਕੀਤੀ, ਮੈਨੂੰ ਧੱਕਾ ਦੇ ਕੇ ਮੇਰੇ ਉੱਪਰੋਂ ਟੱਪ ਕੇ ਗਏ ਆ, ਮੇਰੇ ਪੇਟ ਦੇ ਉੱਪਰ ਟੱਪ ਕੇ ਮੇਰੇ ਮੁੰਡੇ ਨੂੰ ਮਾਰ ਕੇ ਗਏ ਕਿ ਉਹਨਾਂ ਨੇ ਹੁਣ ਫਿਰ ਮੈਨੂੰ ਧਮਕੀ ਦਿੱਤੀ ਹੈਗੀ ਕਿ ਅਸੀਂ ਸਿਵਲ ਆ ਰਹੇ ਹਾਂ। ਅੱਛਾ, ਹਾਂਜੀ ਹਾਂਜੀ। ਕਿ ਸਿਵਲ ਕਿਉਂ ਆ ਰਹੇ ਨੇ, ਕੀ ਕੁੱਟ ਮਾਰ ਕਰਨਾ? ਹੁਣ ਕਹਿੰਦੇ ਅਸੀਂ ਵੀ ਕ੍ਰੋਸ ਪਰਚਾ ਕਰਾਵਾਂਗੇ ਤੇ ਤੈਨੂੰ, ਮੈਨੂੰ ਇਹੀ ਡਰ ਹੈ ਕਿ ਮੇਰੇ ਤੇ ਥ੍ਰੈਟ ਕਰਨਗੇ ਜੀ ਉਹ ਫਿਰ ਤੋਂ ਆ ਕੇ। ਹੁਣ ਪੁਲਿਸ ਤੇ ਵਿਸ਼ਵਾਸ ਹੈ? ਹਾਂਜੀ, ਪੁਲਿਸ ਤੇ ਵਿਸ਼ਵਾਸ ਹੈਗਾ, ਹੁਣ ਮੈਂ ਫੋਨ ਕੀਤਾ ਜੀ ਉਹਨਾਂ ਨੂੰ, ਹੁਣ ਦੇਖੋ ਕਹਿੰਦੇ ਤੁਹਾਡੀ ਕੰਪਲੇਂਟ ਨੋਟ ਕਰ ਲਿੱਤੀ ਆ, ਹੁਣ ਉਸ ਤੋਂ ਬੈਕ ਕਾਲ ਹਜੇ ਆਈ ਨਹੀਂ ਮੈਨੂੰ ਜੀ। ਨਹੀਂ, ਉਹਦੇ ਵਿੱਚ ਜਦੋਂ ਪੁਲਿਸ ਜਦੋਂ ਮੌਕੇ ਤੇ PCR ਆਈ ਕਿ ਨਹੀਂ? ਨਹੀਂ, ਮੈਂ PCR ਨੂੰ ਕੋਈ ਕਿਸੇ ਨੂੰ ਬੁਲਾਇਆ ਨਹੀਂ ਸੀ, ਮੈਂ ਹੁਣ ਇੱਥੇ ਆ ਕੇ ਫੋਨ ਕੀਤਾ ਜੀ ਉਹਨਾਂ ਨੂੰ, ਉਦੋਂ ਬਰਿਆਰ ਦੇ ਵਿੱਚ ਰਸ਼ ਇੰਨਾ ਹੋ ਗਿਆ ਸੀ ਪਰ ਪੁਲਿਸ ਫਿਰ ਵੀ ਨਹੀਂ ਕੋਈ ਆਈ ਜੀ। ਥੋੜੀ ਦੂਰ ਤੇ ਕੋਤਵਾਲੀ? ਹਾਂਜੀ ਬਿਲਕੁਲ, ਥੋੜੀ ਦੂਰ ਤੋਂ ਹੀ ਕੋਤਵਾਲੀ ਹੈ ਜੀ। ਹੁਣ ਮੈਨੂੰ ਇੰਨਾ ਡਰ ਹੈਗਾ ਇਸ ਟਾਈਮ, ਮੰਨ ਕੇ ਚੱਲੋ ਕਿ ਮੈਂ ਇਕੱਲਾ ਜਾਂ ਮੇਰੇ ਘਰ ਦੇ ਨਾਲ ਨੇ ਵੀ ਕਿਤੇ ਸਾਨੂੰ ਦੋਨਾਂ ਨੂੰ ਜਣਿਆਂ ਨੂੰ ਆ ਕੇ ਫਿਰ ਨਾ ਮਾਰ। ਸਰ ਲਾਅ ਐਂਡ ਆਰਡਰ ਮੇਨਟੇਨ ਕਰਦੇ, ਪੁਲਿਸ ਇੱਥੇ ਤੈਨਾਤ ਹੁੰਦੀ, ਸਿਵਲ ਹਸਪਤਾਲ ਦੇ ਵਿੱਚ ਕੋਈ ਵੀ ਇੱਥੇ ਹੁੱਲੜਬਾਜੀ ਨਹੀਂ ਹੋ ਸਕਦੀ, ਲੇਕਿਨ ਤੁਸੀਂ ਜੋ ਤੁਹਾਡਾ ਨਾਲ ਹੋਇਆ ਤੁਸੀਂ ਉਹ ਕਰਾਓ, ਪੁਲਿਸ ਤੇ ਵਿਸ਼ਵਾਸ ਰੱਖਦੇ ਹੋ ਨਾ? ਹਾਂਜੀ ਹਾਂਜੀ ਬਿਲਕੁਲ ਜੀ, ਪੁਲਿਸ ਦਾ ਪ੍ਰਸ਼ਾਸਨ ਦਾ ਮੈਨੂੰ ਵਿਸ਼ਵਾਸ ਹੈਗਾ ਜੀ ਬਿਲਕੁਲ। ਕਿੰਨੇ ਕੁ ਸੰਖਿਆ ਸੀ ਉਹਨਾਂ ਦੀ? 18 ਤੋਂ 20 ਮੁੰਡੇ ਸੀਗੇ ਜੀ ਉਹ। ਸਾਰਿਆਂ ਕੋਲ ਹਥਿਆਰ? ਹਾਂਜੀ ਹਾਂਜੀ, ਸਾਰਿਆਂ ਕੋਲ ਹਥਿਆਰ ਸੀਗਾ ਜੀ। ਉਹਨਾਂ ਨੇ ਬਿਲਕੁਲ 1 ਮਿੰਟ ਦੇ ਵਿੱਚ ਆਇਆ ਮੈਨੂੰ ਬਾਹਰ ਕੱਢ ਲਿਆ ਤੇ ਮਾਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਦੇਖਿਆ ਨਹੀਂ ਕਿ ਮੇਰੇ ਕਿੱਥੇ ਪੈ ਰਹੀ, ਕਿਤੇ ਮੈਂ ਭੱਜ ਕੇ ਮਾੜਾ ਅੱਗੇ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ ਕਿਤੇ ਵੀ। ਤੁਸੀਂ ਵੀ ਉੱਥੇ ਸੀਗੇ? ਨਹੀਂ, ਆ ਸੀਗੇ ਜੀ, ਆ ਮੁੰਡਾ ਇੱਥੇ ਸੀਗਾ ਜੀ। ਤੂੰ ਵੀ ਉੱਥੇ ਸੀਗਾ? ਹਾਂਜੀ ਭਾਈ। ਬਚਾਇਆ ਨਹੀਂਗਾ ਭਾਈ? ਅਸੀਂ ਬਚਾਉਣ ਦੇ ਉਹਨਾਂ ਕੋਲ ਭਾਈ ਦਾਤ ਸੀਗੇ, ਤਲਵਾਰਾਂ ਸੀਗੀਆਂ, ਤਲਵਾਰਾਂ ਮਾਰੀਆਂ ਉਹਨਾਂ ਦੇ ਭਾਈ, ਆਉਂਦੇ ਹੀ ਉਹਨਾਂ ਨੇ ਅਟੈਕ ਕਰਤਾ ਭਾਈ, ਸਾਨੂੰ ਵੀ ਮਾਰਨ ਲੱਗੇ ਸੀਗੇ ਭਾਈ, ਕੜੇ ਵੀ ਸੀਗੇ ਉਹਨਾਂ ਕੋਲ ਭਾਈ, ਦਾਤ ਸੀਗੇ ਵੱਡੇ ਵੱਡੇ, ਐਡੇ ਐਡੇ ਦਾਤ ਸੀ ਉਹਨਾਂ ਕੋਲ, ਮਤਲਬ ਸਾਰੇ ਤੇਜ਼ ਧਾਰੇ ਹਥਿਆਰ ਸੀਗੇ। ਕੰਮ ਕਰਦੇ ਹੋ ਤੁਸੀਂ ਉੱਥੇ? ਹਾਂਜੀ ਭਾਈ, ਰੇੜੀ ਲਾਉਣਾ ਭਾਈ ਉੱਥੇ ਮੈਂ। ਅੱਛਾ, ਹਾਂਜੀ। ਐਕਸਪਰਟ ਹੁੰਦੇ ਨੇ, ਸ਼ੂਟਰ ਟਾਈਪ ਹੀ ਸੀਗੇ ਸਾਰਿਆਂ ਨੇ, ਜਿੱਦਾਂ ਉਹ ਐਕਸਪਰਟ ਨਹੀਂ ਹੁੰਦੇ ਕਿ ਪ੍ਰੋਫੈਸ਼ਨਲ, ਜਿਨ੍ਹਾਂ ਦਾ ਕੰਮ ਹੀ ਇਹੀ ਹੋਵੇ ਕਿ ਆਪਾਂ ਕੋਈ ਦੁਕਾਨਦਾਰ ਬੰਦਾ ਦੇਖਣਾ। ਮੇਰੀ ਜੇਬ ਦੇ ਵਿੱਚ ਮੇਰੀ ਦੁਕਾਨ ਦੀ ਸੇਲ ਸੀਗੀ ਮੇਰੀ, ਉਹ ਵੀ ਕੱਢ ਕੇ ਲੈ ਗਿਆ ਜੀ, ਪਰਸ ਮੈਨੂੰ ਨਹੀਂ ਛੁੱਟ ਗਿਆ ਮਿਲਿਆ ਜੀ। ਉਹ ਪੈਸਾ ਵੀ ਕੱਢ ਕੇ? ਹਾਂਜੀ ਹਾਂਜੀ, ਮੇਰੀ ਜੇਬ 'ਚੋਂ ਸੇਲ ਵੀ ਮੇਰੀ ਦੁਕਾਨ ਦੀ ਕੱਢ ਕੇ ਲੈ ਗਏ ਜੀ, ਮੇਰਾ ਸਾਰਾ ਦੁਕਾਨ ਮੇਰੀ ਬਿਲਕੁਲ ਖਿਲੇਰ ਗਏ ਜੀ ਉਹ। ਪੁਲਿਸੋਂ ਕੀ ਮੰਗ ਕਰਦੇ ਹੋ? ਪੁਲਿਸੋਂ ਮੈਂ ਇਹੀ ਮੰਗ ਕਰਦਾ ਕਿ ਸਾਨੂੰ ਜਿਹੜੇ ਅਸੀਂ ਲੋਕ ਕੰਮ ਕਰਦੇ ਹਾਂ, ਅਸੀਂ ਵੀ ਦਿਹਾੜੀ ਰੋਟੀ ਕਮਾਉਣ ਆਏ ਹਾਂ, ਵੀ ਇੱਦਾਂ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਕਿ ਸਾਡੀ ਜੇਬਾਂ 'ਚੋਂ ਪੈਸੇ ਕੁੱਟ ਕੇ ਲੈ ਜਾਂਦੇ ਆ, ਸਾਡਾ ਮਾਲ ਲੁੱਟ ਕੇ ਲੈ ਜਾਂਦੇ ਅਤੇ ਸਾਨੂੰ ਉਲਟਾ ਮਾਰ ਕੇ ਜਾਂਦੇ ਜੀ। ਇਹ ਲੁਧਿਆਣਾ ਸ਼ਹਿਰ ਦੀ ਕੋਤਵਾਲੀ ਦਾ ਇਲਾਕਾ ਵੈ ਚੋੜਾ ਬਾਜ਼ਾਰ, ਜਿੱਥੇ ਰੇੜੀ ਦੁਕਾਨ ਇਹਨਾਂ ਦੀ, ਜਿੱਥੇ ਕੱਪੜੇ ਦਾ ਕੰਮ ਕਰਦੇ ਨੇ, ਇਹਨਾਂ ਦੇ ਉੱਤੇ ਜੋ ਹਮਲਾ ਹੋਇਆ ਤੁਸੀਂ ਸਾਰਿਆਂ ਨੇ ਸੁਣਿਆ, ਲੇਕਿਨ ਚੰਦ ਕਦਮਾਂ ਦੀ ਦੂਰੀ ਉੱਤੇ ਚੌਂਕਿ ਥਾਣਾ ਹੋਵੇ ਅਤੇ ਪੁਲਿਸ ਜਿਹੜੀ ਆ ਉੱਥੇ ਨਾ ਆਵੇ, ਪੁਲਿਸ ਇਹਨਾਂ ਪੁਲਿਸ ਨੂੰ ਇਹ ਫੋਨ ਕਰਨ ਜਿੱਥੇ ਹੁੱਲੜਬਾਜ਼ੀ ਕੀਤੀ ਗਈ, ਜਿੱਥੇ ਸਰੇਆਮ ਕਾਨੂੰਨੀ ਧੱਜੀਆਂ ਉਡਾਈਆਂ ਗਈਆਂ, ਲਗਾਤਾਰ ਇਹਨਾਂ ਦੇ ਉੱਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹੁਣ ਦੇਖਦੇ ਹਾਂ ਕਿ ਪੁਲਿਸ ਇਹਨਾਂ ਦੀ ਕੀ ਮਦਦ ਕਰ ਸਕਦੀ, ਕੀ ਕਾਰਵਾਈ ਕਰੂਗੀ ਨਹੀਂ ਕਰੀ। ਜਿਹੜੀ ਵੀਡੀਓ ਨਾਲ ਚੱਲਦੀ ਦੇਖ ਰਹੇ ਹੋ ਜਿਹਦੇ ਵਿੱਚ ਇਹਨਾਂ ਨੂੰ ਕੁੱਟਮਾਰ ਹੋ ਰਹੀ ਹੈ, ਇਸ ਵੀਡੀਓ ਦੇ ਆਧਾਰ ਤੋਂ ਆਹ ਪਤਾ ਲਗਾਇਆ ਜਾ ਸਕਦਾ ਕਿ ਇਹ ਕੌਣ ਲੋਕ ਨੇ, ਲੇਕਿਨ ਇਹਨਾਂ ਦੱਸਣ ਦੇ ਮੁਤਾਬਿਕ ਕਿ ਉਹ ਕੋਤਵਾਲੀ ਏਰੀਏ ਦੇ ਵਿੱਚ ਹੀ ਰੇੜੀਆਂ ਲਗਾਉਂਦੇ ਨੇ। ਹੁਣ ਦੇਖਦੇ ਹਾਂ ਕਿ ਪੁਲਿਸ ਕੀ ਕਾਰਵਾਈ ਕਰੇਗੀ, ਜਿਹੜੇ ਦਹਿਸ਼ਤਗਰਦੀ ਕਰਦੇ ਆ ਉਹਨਾਂ ਨੂੰ ਕੀ ਸਜ਼ਾ ਮਿਲ ਸਕਦੀ ਹੈ ਲੁਧਿਆਣਾ। ਕੈਮਰਾਮੈਨ ਅਮਿਤ ਦੇ ਨਾਲ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।